ਭਾਵੇਂ ਕਿ ਡਾਕਟਰ ਰੱਬ ਦਾ ਰੂਪ ਮੰਨੇ ਜਾਂਦੇ ਨੇ ਪਰ ਕਈ ਵਾਰ ਡਾਕਟਰਾਂ ਦੀ ਲਾਪਰਵਾਹੀ ਮਰੀਜ਼ ਨੂੰ ਭੁਗਤਣੀ ਪੈ ਜਾਂਦੀ ਹੈ। ਨਾਭਾ ਦੇ ਇੱਕ ਪ੍ਰਾਈਵੇਟ ਬੰਸਲ ਹਸਪੀਟਲ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਰਜਿੰਦਰ ਕੁਮਾਰ ਦੀ ਡਾਕਟਰ ਅਸ਼ਵਿਨ ਨੇ 9 ਜੁਲਾਈ ਨੂੰ ਆਪਰੇਸ਼ਨ ਕਰ ਗੁਰਦੇ ਦੀ ਪੱਥਰੀ ਕੱਢੀ ਸੀ। ਪੱਥਰੀ ਕੱਢਣ ਤੋਂ ਬਾਅਦ ਡਾਕਟਰ ਰਜਿੰਦਰ ਕੁਮਾਰ ਨੇ ਮਰੀਜ਼ ਨੂੰ 1 ਮਹੀਨੇ ਦਵਾਈ ਵੀ ਖਵਾਈ। ਜਦੋਂ ਰਜਿੰਦਰ ਕੁਮਾਰ ਦੇ ਦੁਬਾਰਾ ਦਰਦ ਉੱਠੀ ਤਾਂ ਉਹ ਡਾਕਟਰ ਕੋਲ ਦੁਬਾਰਾ ਗਿਆ, ਅਲਟਰਾਸਾਊਂਡ ਕਰਵਾਇਆ। ਉਸ ਤੋਂ ਬਾਅਦ ਵੀ ਪੱਥਰੀ ਗੁਰਦੇ ਵਿੱਚ ਜਿਉਂ ਦੀ ਤਿਉਂ ਪਈ ਸੀ। ਰਜਿੰਦਰ ਕੁਮਾਰ ਦੇ ਵਾਰਸਾਂ ਨੇ ਡਾਕਟਰ ਕੋਲ ਆ ਕੇ ਗੱਲਬਾਤ ਕੀਤੀ ਤਾਂ ਡਾਕਟਰ ਦਾ ਵਤੀਰਾ ਕੁਝ ਹੋਰ ਹੀ ਦਿਖਾਈ ਦਿੱਤਾ। ਡਾਕਟਰ ਦੁਬਾਰਾ ਆਪਰੇਸ਼ਨ ਕਰਨ ਦੀ ਗੱਲ ਕਹਿਣ ਲੱਗੇ। ਮਰੀਜ਼ ਦੇ ਵਾਰਸਾਂ ਦਾ ਜਦੋਂ ਗੁੱਸਾ ਆਸਮਾਨੀ ਚੜ੍ਹਨ ਲੱਗਾ ਤਾਂ ਡਾਕਟਰ ਅਸ਼ਵਿਨ ਨੇ ਹੋਰ ਕਈ ਪ੍ਰਾਈਵੇਟ ਡਾਕਟਰਾਂ ਨੂੰ ਬੁਲਾ ਕੇ ਬਦਤਮੀਜ਼ੀ ਕੀਤੀ। ਜਦ ਮੀਡੀਆ ਕਰਮਚਾਰੀ ਹਸਪਤਾਲ ਪਹੁੰਚੇ ਤਾਂ ਡਾਕਟਰ ਮੀਡੀਆ ਕਰਮਚਾਰੀਆਂ ਨਾਲ ਵੀ ਬਦਸਲੂਕੀ ਕਰਨ ਲੱਗੇ। ਮਰੀਜ਼ ਰਜਿੰਦਰ ਕੁਮਾਰ ਦੇ ਵਾਰਿਸ ਡਾਕਟਰ ਅਸ਼ਵਿਨ ਦੇ ਖਿਲਾਫ ਨਾਭਾ ਪੁਲਿਸ ਕੋਤਵਾਲੀ ਵਿੱਚ ਕੰਪਲੇਂਟ ਦਰਜ ਕਰਵਾ ਚੁੱਕੇ ਨੇ। ਜਦੋਂ ਡਾਕਟਰ ਨਾਲ ਇਸ ਮਾਮਲੇ 'ਤੇ ਗੱਲ ਕਰਨੀ ਚਾਹੀ ਤਾਂ ਡਾਕਟਰ ਸਾਹਿਬ ਮੀਡੀਆ ਕਰਮਚਾਰੀਆਂ ਨੂੰ ਆਈ ਕਾਰਡ ਦਿਖਾਉਣ ਦੀ ਗੱਲ ਕਰਨ ਲੱਗੇ। ਇਸ ਰੌਲੇ ਨੂੰ ਵੇਖਦੇ ਹੋਏ ਕਈ ਮਰੀਜ਼ ਡਾਕਟਰ ਦੇ ਖਿਲਾਫ ਉੱਠ ਖੜੇ ਹੋਏ। ਉਹਨਾਂ ਮਰੀਜ਼ਾਂ ਨੇ ਵੀ ਡਾਕਟਰ ਨੂੰ ਲੁਟੇਰਾ ਦੱਸਿਆ। ਇਸ ਸੰਬੰਧੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਡਾਕਟਰ ਅਸ਼ਵਿਨ ਤੋਂ 1 ਮਹੀਨਾ ਪਹਿਲਾਂ ਮੈਂ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਕਰਵਾਇਆ ਸੀ। ਆਪਰੇਸ਼ਨ ਕਰਵਾਉਣ ਦੇ ਬਾਵਜੂਦ ਵੀ ਮੇਰੇ ਬਾਥਰੂਮ ਵਿੱਚ ਖੂਨ ਆਉਂਦਾ ਰਿਹਾ। ਅੱਜ ਜਦੋਂ ਮੈਂ ਡਾਕਟਰ ਨੂੰ ਮਿਲਿਆ ਤਾਂ ਡਾਕਟਰ ਸਾਹਿਬ ਮੈਨੂੰ ਡਰਾਉਣ ਧਮਕਾਉਣ ਲੱਗੇ। 9 ਜੁਲਾਈ ਅੱਛਾ 9 ਜੁਲਾਈ ਨੂੰ ਤੇ 1 ਮਹੀਨੇ ਮੈਂ ਲਗਾਤਾਰ ਇਹਦੀ ਦਵਾਈਆਂ ਖਾਂਦਾ ਰਿਹਾ ਜੀ ਤੇ ਮੇਰੇ ਬਲੱਡ ਆਈ ਗਿਆ ਪਿਸ਼ਾਬ 'ਚ ਲਗਾਤਾਰ। ਇਹ ਦਵਾਈਆਂ ਮੈਨੂੰ ਦਵਾਈਆਂ ਦਿੰਦਾ ਰਿਹਾ। ਫਿਰ ਇਹਨੇ ਇਹ ਗੱਲ ਵੀ ਮੈਨੂੰ ਕਹੀ ਹੈ, ਕਹਿੰਦਾ ਮੈਂ ਅਸੀਂ ਡਾਕਟਰ ਨੂੰ ਅਸੀਂ ਕੁਛ ਵੀ ਕਰ ਸਕਦੇ ਹਾਂ ਕਹਿੰਦਾ। ਇਹ ਗੱਲ ਮੈਨੂੰ ਇਹਨੇ ਦਬਕਾ ਮਾਰਿਆ ਜੀ, ਅਸੀਂ ਡਾਕਟਰ ਦਾ ਕੁਛ ਵੀ ਕਰ ਸਕਦੇ ਹਾਂ। ਅੱਜ ਇਹ ਕਹਿੰਦਾ ਵੀ ਤੇਰੀ ਪੱਥਰੀ ਨਹੀਂ ਨਿਕਲੀ, ਕਹਿੰਦਾ ਮੈਂ ਤੇਰਾ ਦੁਬਾਰਾ ਆਪਰੇਸ਼ਨ ਕਰ ਦਿੰਦਾ। ਤੂੰ ਮੈਂ ਤੋਂ ਜਵਾਬ ਮੰਗਦਾ ਸਾਲੀ, ਮੇਰੀ ਪੱਥਰੀ ਕਿਉਂ ਨਹੀਂ ਨਿਕਲੀ? ਜਦ ਇਹਨੇ ਮੇਰੇ ਤੋਂ 18,000 ਇੱਕ ਲੈ ਲਿਆ, 3,000 ਇੱਕ ਲੈ ਲਿਆ, ਕਿਉਂ ਨਹੀਂ ਪੱਥਰੀ ਮੇਰੀ ਨਿਕਲੀ? ਟੋਟਲ 50,000 ਰੁਪਇਆ ਲੱਗ ਚੁੱਕਾ ਨਾ ਜੀ, 40,000 ਮੇਰਾ ਲੈ ਲਿਆ ਇਹਨੇ ਦਵਾਈਆਂ ਸਮੇਤ। ਅੱਛਾ, ਇਹ ਹੁੰਦਾ ਕੌਣ? ਇਹ ਗੱਲ ਕਹਿਣ ਵਾਲਾ ਵੀ ਮੈਂ ਦੁਬਾਰਾ ਆਪਰੇਸ਼ਨ ਕਰ ਦੂੰਗਾ, ਕਹਿੰਦਾ ਸਾਰੀਆਂ ਮਾਰਦਾ ਹਤਮ ਕਹਿ ਦਿੰਦਾ ਮੈਨੂੰ, ਸਰੇਆਮ ਤਮ ਕਹਿ ਦੇ ਰਿਹਾ, ਕਹਿੰਦਾ ਮੈਂ ਪੁਲਿਸ ਬੁਲਾਉਣਾ, ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਵੀ ਅੰਦਰ ਕਰਾਉਣਾ ਕਹਿੰਦਾ। ਅੱਛਾ, ਤੇ ਹੁਣ ਕੀ ਮੰਗ ਕਰਦੇ ਤੁਸੀਂ? ਹੁਣ ਮੈਂ ਕੀ ਮੰਗ, ਮੈਂ ਤਾਂ ਜਵਾਬ ਮੰਗ ਰਿਹਾ ਵੀ ਮੇਰੀ ਪੱਥਰੀ ਕਿਉਂ ਨਹੀਂ ਨਿਕਲੀ, ਕਿਉਂ ਇਹਨੇ ਮੇਰਾ ਆਪਰੇਸ਼ਨ ਕਿਹਾ, ਮੇਰਾ ਸਰੀਰ ਦਾ ਨਾਸ ਕਰਤਾ ਨੇ, 1 ਮਹੀਨਾ ਮੈਨੂੰ ਦਵਾਈਆਂ ਖਵਾ ਖਵਾ ਕੇ, ਮੇਰੇ ਬਾਥਰੂਮ 'ਚ ਬਲੱਡ ਆਈ ਗਿਆ ਲਗਾਤਾਰ, ਮੈਨੂੰ ਮਾਰਨ ਵਾਲਾ ਹਾਲ ਮੇਰਾ ਕਰਤਾ, ਮੈਂ ਤਾਂ ਜਵਾਬ ਮੰਗ ਰਿਹਾ ਮੇਰੀ ਪੱਥਰੀ ਇਹਨੇ ਆਪਰੇਸ਼ਨ ਕਾਹਦਾ ਕਰਿਆ ਮੇਰਾ? ਇਹੀ ਹੁੰਦਾ ਫਿਰ ਜ਼ਿੰਮੇਵਾਰ? ਪੁੱਛੋ ਮੇਰੀ ਘਰਵਾਲੀ ਨੂੰ, ਰੋਂਦੇ ਰਹੇ ਮੇਰੇ ਬੱਚੇ ਸਾਰੇ ਪੂਰੇ, ਇਹਨੇ ਕੀ ਕੀਤਾ ਮੇਰੇ ਨਾਲੇ, ਮੇਰੀ ਸਾਰੇ ਮੇਰੇ ਕੋਲ ਰਿਪੋਰਟਾਂ ਪਈਆਂ, ਸਾਰੀ ਮੇਰੇ ਕੋਲ ਦਵਾਈਆਂ ਪਈਆਂ, ਸਾਰੀ ਦਵਾਈਆਂ ਦੀ ਲਿਸਟਾਂ ਪਈਆਂ, ਮੈਂ ਕੋਈ ਕਾਰਵਾਈ ਨਹੀਂ, ਮੈਂ ਤਾਂ ਜਵਾਬ ਮੰਗ ਰਿਹਾ ਤੋਂ, ਮੇਰਾ ਆਪਰੇਸ਼ਨ ਕਰਾਇਆ ਵੀ ਇਹਨੇ ਪੱਥਰੀ ਕਿਉਂ ਨਹੀਂ ਕੱਢੀ? ਅੱਜ ਮੈਂ ਅਲਟਰਾਸਾਊਂਡ ਕਰਾਇਆ, ਅੱਜ ਮੇਰੇ ਅਲਟਰਾਸਾਊਂਡ 'ਚ ਪੱਥਰੀ ਫੇਰ ਆ ਗਈ। ਇਸ ਸੰਬੰਧੀ ਮਰੀਜ਼ ਰਜਿੰਦਰ ਕੁਮਾਰ ਦੀ ਲੜਕੀ ਅਤੇ ਪਤਨੀ ਨੇ ਦੱਸਿਆ ਕਿ ਡਾਕਟਰ ਨੇ ਸਾਨੂੰ ਬੜਾ ਧਮਕਾਇਆ ਏ ਅਤੇ ਸਾਨੂੰ ਆਖਦੇ ਹਨ ਕਿ PCM MP ਅਤੇ ਪੁਲਿਸ ਅਧਿਕਾਰੀ ਸਾਰੇ ਹੀ ਮੇਰੇ ਨੇ, ਜਾਓ ਜੋ ਕਰਨਾ ਕਰ ਲਓ। ਪਾਪਾ ਦੇ ਨਾ ਕਿਡਨੀ 'ਚ ਸਟੋਨ ਸੀਗਾ ਮੇਰੇ ਫਾਦਰ ਦੇ, ਅਤੇ ਉਹਨਾਂ ਨੇ ਓਪਰੇਟ ਕਰਵਾਇਆ ਅਸ਼ਵਨੀ ਬੰਸਲ ਤੋਂ, ਜਿਨ੍ਹਾਂ ਦਾ ਹੀਰਾ ਮਹਿਲ ਦੇ ਵਿੱਚ ਹੋਸਪਿਟਲ ਹੈ। 9 ਜੁਲਾਈ ਨੂੰ ਉਹਨਾਂ ਨੂੰ ਦਾਖਲ ਕਰਵਾਇਆ, 9 ਜੁਲਾਈ ਨੂੰ ਹੀ ਉਹਨਾਂ ਨੇ ਓਪਰੇਸ਼ਨ ਕੀਤਾ ਅਤੇ ਉਹਨਾਂ ਨੇ ਲੇਜ਼ਰ ਟ੍ਰੀਟਮੈਂਟ ਕੀਤਾ ਸੀ। ਸਾਨੂੰ ਕਹਿੰਦੇ ਸਟੋਨ ਵੀ ਨਹੀਂ ਦਿਖਾਇਆ, ਅਸੀਂ ਕਿਹਾ ਸਾਨੂੰ ਸਟੋਨ ਦਿਖਾ ਦਿਓ, ਸਟੋਨ ਦਿਖਾਇਆ ਨਹੀਂ, ਕਹਿੰਦੇ ਵਿੱਚੋਂ ਸ਼ੋਰਟ ਕਰਤਾ, ਵਿੱਚ ਕਹਿੰਦੇ ਖੁਰਕੇ ਨਿਕਲ ਜਾਏਗੀ, ਸ਼ੋਰਟ ਕਰਤਾ, ਐਵੇਂ ਗੋਲਮਾਲ ਜੀ ਕਰੀ ਗਏ। ਅੱਜ ਕੀ ਹੋਇਆ? ਅੱਜ ਕੀ ਹੋਇਆ ਤੁਹਾਨੂੰ? ਅੱਜ ਇਹ ਗੱਲ ਹੋਈ ਹੈ, ਸਾਨੂੰ ਮਹੀਨੇ ਬਾਅਦ ਇਹਨਾਂ ਨੇ ਕਿਹਾ ਸੀ ਸਟੰਟ ਕਢਾਉਣ ਲਈ, ਸਟੰਟ ਜਿਹੜਾ ਉਹਨਾਂ ਨੇ ਪਾਇਆ ਸੀ 11 ਅਗਸਤ ਨੂੰ, ਅਸੀਂ ਸਟੰਟ ਕਢਵਾ ਲਿਆ। ਪਰ ਜਦੋਂ ਹੁਣ ਅਸੀਂ ਪਾਪਾ ਦੇ, ਅੱਜ ਵੀ ਮੇਰੇ ਫਾਦਰ ਦੇ ਪੇਨ ਹੋਈ ਅਤੇ ਜਦੋਂ ਅਸੀਂ ਪੇਨ ਤੋਂ ਬਾਅਦ ਐਕਸਰੇ ਕਰਾਏ, ਅਲਟਰਾਸਾਊਂਡ ਕਰਵਾਇਆ, ਸਟੋਨ ਉੱਦਾਂ ਦਾ ਉੱਦਾਂ ਹੀ ਪਿਆ, 19 mm ਦਾ ਅਤੇ ਉੱਥੇ ਹੀ ਪਿਆ, ਉਹੀ ਜਗ੍ਹਾ 'ਤੇ। ਹੁਣ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਵੀ ਸਾਨੂੰ ਇਹ ਗੱਲ ਦਾ ਜਵਾਬ ਦਵੋ, ਉਹ ਕਹਿੰਦੇ ਸਾਡੇ ਕੋਲ ਇਹ ਗੱਲ ਦਾ ਕੋਈ ਜਵਾਬ ਨਹੀਂ, ਅਸੀਂ ਆਪਣੇ ਵੱਲੋਂ ਓਪਰੇਸ਼ਨ ਕੀਤਾ ਸੀ, ਪੁੱਠਾ ਬੋਲਦੇ ਨੇ, ਗਲਤ ਬੋਲਦੇ ਨੇ, ਅਸੀਂ ਕਿਹਾ ਤੁਹਾਡੀ ਕੰਪਲੇਂਟ ਕਰਾਂਗੇ, ਕਹਿੰਦੇ IPS IAS ਆਫਿਸਰ ਸਾਡੇ ਹੱਥ 'ਚ ਨੇਗੇ, ਉਹਨਾਂ ਨੇ ਆਪ ਇਹ ਗੱਲ ਕਹੀ ਹੈ।
उस तो बाद चार डॉक्टर बुला ले सानू कहिंदे इन्हां नाल समझौता कर लो या किवें भी असीं कहिंदे तुहाडा फ्री इलाज करनगे सानू इह गल दा जवाब तां दो तुसीं ऑपरेशन दे विच की कीता असीं पैसा लाया दुख खट्टे आ वी सानू दसो तां सही वी तुसीं कीता की है ऑपरेशन तां असीं वी किसे होर तों करवा सकदे आ कोई जवाब नहीं दे रहे कोई कुछ नहीं मिसबिहेव करदे आ रफ लैंग्वेज आ बहुत गलत बोलदे आ सारा कसूर डॉक्टर दा जी जे सटोन ने नहीं निकला मेरे आदमी नूं इन्नी तकलीफ होई है तो मैं दुख नहीं मन्नांगी ए दसो तुसीं जब मेरे बंदे ने दो बारी उन्हें तकलीफ की है एक बारी तो ऑपरेशन किया जद भी ना स्टोन निकलिया दूजी बारी उन्हें स्टंट कराया जद भी ना निकलिया फिर की मतलब इन्ना पैसा ले लिया मैं गहने रख रख के पैसे ले आंदी रही इनू देंदी रही मैं पैसे हालांकि साड़ी उस टाइम साड़ी मजबूरी सी सानू नहीं सी पता भी इन्ना पापी बंदा होगा असि गरीब बंदे असि हाथ अड़ के पैसा इकट्ठा किया तो असि बंदे का इलाज कराने वास्ते लेके आए उतो इन्होंने सानू खजूल समझा उतो धमकिया क्यों मेरा बंदा ही ले आने वाला सीगा पैसा फिर भी असि ले लेने पैसे फिर इहदा मतलब इह थोड़ी है कि लोकां नू गुमराह करनगे इस संबंध विच एक होर मरीज सुशील जैन ने दस्या कि मेरे नाल भी कुछ अजिहा ही एक महीना पहला डॉक्टर ने किया है अते डॉक्टर लुटेरा है इस दी धर्म पत्नी नौबा दे सरकारी हॉस्पिटल विच डॉक्टर है मेरा भी 1.5 लाख रुपए खर्चा आ गया सी पर फिर मेनू किडनी का ऑपरेशन करवाना पिया मैं तो शहरदारी करके लोक ले तो 3-4 डॉक्टर ने मैंने सलाह दी थी मेरे स्टोन की अपना 24 mm का भी इस तो निकल जूगा मैं उन्होंने कंसल्ट किया कहता एक रात या दो रात रखना पेगा मेरा 25,000 पहला ले लिया 13 तरीक ऑपरेशन किया फिर 16 तरीक ना मेरा स्टोन निकलिया ना कुछ हो रहा कहना स्टोन कटता महंत तपिए 20 बंदे फटे यार दोस्त बैठे चंगे सारा कुछ करके 50,000 रुपया मेरा लग गया जी उस तो उन्होंने किडनी कढ़वानी पी पटियाले डॉक्टर निकल गए ਡਾਕਟਰ ਕਿਡਨੀ ਕਢਾਉਣ ਦਾ ਤੁਹਾਡਾ ਇਹ ਤਾਂ ਖਰਾਬ ਕਰਤੀ ਡੈਮੇਜ ਕਰਤੀ ਝੂਠ ਬਹੁਤ ਬੋਲਦਾ ਲੋਕਾਂ ਚ ਛੱਲ ਲਾਉਂਦਾ ਲੁੱਟਦਾ ਮੈਂ ਤਾਂ ਇਹ ਸ਼ਰਾਬ ਦੇ ਉਸ ਘਰੇ ਤਾਂ ਨਹੀਂ ਮੈਂ ਤਾਂ ਡੀਐਸਪੀ ਉਸ ਵੇਲੇ ਐਸਐਚਓ ਸਾਰਿਆਂ ਨੇ ਕਿਹਾ ਸੀ ਇਹਦੇ ਖਿਲਾਫ
खिलाफ दरख्वास्त दर्ज कराई है, पर हुण देखना होवेगा कि पुलिस डॉक्टर के खिलाफ कार्रवाई करती है या नहीं। डॉक्टर मरीजा नाल की इसे तरह ही खिलवाड़ करता रहेगा, देखते हैं।